ਮੋਸਟਲੀ ਜਿੰਨੇ ਵੀ ਲੋਕਾਂ ਨੇ ਪ੍ਰੀ-ਕੰਸਟਰਕਸ਼ਨ ਵਿੱਚ ਇਨਵੈਸਟ ਕਰਕੇ ਪੈਸਾ ਕਮਾਇਆ ਉਹਨਾਂ ਨੇ ਹਮੇਸ਼ਾ ਫਰਸਟ ਫੇਜ਼ ਵਿੱਚ ਇਨਵੈਸਟ ਕੀਤਾ ਆ ਜੇ ਆਪਾਂ ਡੰਡਾਲ, ਵੁੱਡਸਟਾਕ, ਵੈਲੈਂਟ ਜਾਂ ਨਿਆਗਰਾ ਏਰੀਆ ਦੀ ਗੱਲ ਕਰੀਏ ਤੇ ਸਭ ਨਾਲੋਂ ਜ਼ਿਆਦਾ ਪ੍ਰੋਫਿਟ ਉਹਨਾਂ ਲੋਕਾਂ ਨੇ ਕਮਾਇਆ ਜਿਨ੍ਹਾਂ ਨੇ ਫਰਸਟ ਫੇਜ਼ ਵਿੱਚ ਇਨਵੈਸਟ ਕੀਤਾ ਸੀਗਾ ਤੇ ਇਸੇ ਤਰ੍ਹਾਂ ਸੀ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਏ ਆ ਤੁਹਾਡੇ ਲਈ ਪਿਕਰਿੰਗ ਵਿੱਚ ਜੋ ਕਿ ਇੱਕ 55 ਏਕੜ ਮਾਸੋਪਲਾਨਡ ਕਮਿਊਨਿਟੀ ਆ ਤੇ ਡੁਰਮ ਰੀਜਨ ਦਾ ਸਭ ਨਾਲੋਂ ਵੱਡਾ ਪ੍ਰੋਜੈਕਟ ਆ ਇਸ ਵੇਲੇ ਦਾ ਤੇ ਪਿਕਰਿੰਗ ਸ਼ਹਿਰ ਦਾ ਇਹ ਨਵਾਂ ਡਾਊਨਟਾਊਨ ਬਣਨਾ ਦ ਪਿਕਰਿੰਗ ਗੋ ਸਟੇਸ਼ਨ ਤੇ ਹਾਈਵੇ 401 ਦੇ ਬਿਲਕੁਲ ਨਾਲ ਆਇਆ ਹੈ ਤੁਹਾਨੂੰ ਇਥੋਂ 35 ਤੋਂ 40 ਮਿੰਟ ਲੱਗਦੇ ਆ ਯੂਨੀਅਨ ਗੋ ਸਟੇਸ਼ਨ ਪਹੁੰਚਣ ਲਈ ਤੇ ਸਿਰ 2 ਕਿਲੋਮੀਟਰ ਦੀ ਦੂਰੀ ਤੇ ਵਾਟਰਫਰੰਟ ਹੈ ਤੇ ਮੋਸਟਲੀ ਜਿਹੜੇ ਵੀ 프리 ਕੰਸਟਰਕਸ਼ਨ ਪ੍ਰੋਜੈਕਟਸ ਹੁੰਦੇ ਆ ਉਹ ਹਮੇਸ਼ਾ 50 ਹਜ਼ਾਰ ਲੱਕ ਜਾਂ 1.5 ਲੱਖ ਡਾਲਰ ਮਹਿੰਗੇ ਵਿਕਦੇ ਆ ਰੀਸੇਲ ਮਾਰਕੀਟ ਤੋਂ ਤੇ ਇਸ ਪ੍ਰੋਜੈਕਟ ਵਿੱਚ ਕਾਫੀ ਸਾਰੇ ਯੂਨਿਟਸ ਆ ਜੋ ਕਿ ਕਰੰਟ ਰੀਸੇਲ ਮਾਰਕੀਟ ਤੋਂ 20 ਤੋਂ 50 ਹਜ਼ਾਰ ਡਾਲਰ ਸਸਤੇ ਆ ਤੇ ਸਾਡੇ ਕੋਲ ਤੁਹਾਡੇ ਲਈ ਲਿਮਿਟਡ ਟਾਈਮ ਇਨਸੈਂਟਿਵਸ ਵੀ ਹੈਗੇ ਜਿਵੇਂ ਕਿ ਪਾਪਸ ਤੇ ਕੈਪ ਡਿਵੈਲਪਮੈਂਟ ਚਾਰजेस ਐਂਡ ਲੈਵੀਸ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਜੋ ਕਿ ਤੁਸੀਂ 20% ਪੇ ਕਰਨਾ ਹੈ 720 ਦਿਨਾਂ ਵਿੱਚ ਤੇ ਪ੍ਰਾਈਸਸ ਸ਼ੁਰੂ ਹੁੰਦੇ ਆ 5 ਲੱਖ ਡਾਲਰ ਤੋਂ ਤੇ ਇਹਨਾਂ ਦੀ ਜਿਹੜੀ ਟੈਂਟੇਟਿਵ ਕਲੋਜ਼ਿੰਗ ਹੈਗੀ ਉਹ 2026 ਦੀ ਆ ਸੋ ਬੇਸਿਕਲੀ ਜਿਹੜਾ ਫਰਸਟ ਬਲਾਕ ਹੈ ਉਹਦੇ ਵਿੱਚ 4 ਬਿਲਡਿੰਗਸ ਬਣੀਆਂ ਆ ਤੇ ਇਹ ਪਹਿਲੀ ਬਿਲਡਿੰਗ ਦੀ ਪਹਿਲੀ ਰਿਲੀਜ਼ ਆ ਸੋ ਇਹ ਬੈਸਟ ਟਾਈਮ ਹੈ ਐਸ ਵਾਰੇ ਇਸ ਪ੍ਰੋਜੈਕਟ ਵਿੱਚ ਇਨਵੈਸਟ ਕਰਨ ਲਈ ਤੇ ਮੈਕਸਿਮਮ ਪ੍ਰੋਫਿਟ ਕਮਾਉਣ ਲਈ ਸੋ ਜੇ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਆ 916560008 ਤੇ ਤੇ ਜੇ ਤੁਸੀਂ ਫਲੋਰ پلانਸ ਤੇ ਪ੍ਰਾਈਸ ਲਿਸਟ ਦੇਖਣਾ ਚਾਹੁੰਦੇ ਆ ਤਾਂ ਬਾਇਓਸ ਲਿੰਕ ਤੇ ਕਲਿੱਕ ਕਰਕੇ ਰਜਿਸਟਰ ਕਰੋ